ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰਾ ਮਾਤਾ ਆਪਣੇ ਬੱਚਿਆਂ ਨੂੰ ਛਿੜਕਦੀ ਔਰ ਉਹਨਾਂ ਨੂੰ ਫਟਕਾਰ ਵੀ ਪਾਉਂਦੀ ਏ ਔਰ ਤਿਰਕਾਰਾਂ ਵੀ ਦਿੰਦੀ ਏ ਬਹੁਤ ਤਾੜਨਾ ਕਰਦੀ ਏ ਪਰ ਪਿਆਰ ਵਿੱਚ ਆ ਕੇ ਬੱਚੇ ਦੇ ਉਹ ਮਾਂ ਦੀ ਛਿੜਕ ਜਿਹੜੀ ਆ ਬੱਚੇ ਨੂੰ ਬਰਬਾਦ ਕਰਨ ਵਾਸਤੇ ਨਹੀਂ ਹੁੰਦੀ ਉਹ ਆਬਾਦ ਕਰਨ ਵਾਸਤੇ ਹੁੰਦੀ ਐ ਉਹਦੀ ਰੱਖਿਆ ਵਾਸਤੇ ਉਸ ਨੂੰ ਸਹੀ ਮਾਰਗ ਦਿਖਾਉਣ ਵਾਸਤੇ ਔਰ ਸਹੀ ਰਸਤੇ ਤੇ ਚਲਾਉਣ ਵਾਸਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ ਪ੍ਰੇਮ ਨਾਲ ਛਿੜਕਦੀ ਤਾੜਦੀ ਡਾਟਣਾ ਕਰਦੀ ਏ ਬੱਚੇ ਨੂੰ ਤੇ ਪਾਈ ਸਾਹਿਬ ਕਹਿੰਦੇ ਬਈ ਇੱਕ ਪਾਸੇ ਔਰ ਹੋਰ ਸੰਸਾਰ ਦੀ ਸਿੱਖਿਆ ਦੇਣ ਵਾਲੇ ਲੋਕ ਸੰਸਾਰ ਦੀਆਂ ਹੋਰ ਬੀਬੀਆਂ ਕਹਿੰਦੇ ਪਿਆਰ ਚਿਹਰੇ ਘਾਰ ਦੇਖ ਸਕਤ ਨਾ ਆਨ ਕੋ ਉਹ ਬੜਾ ਬੱਚੇ ਨੂੰ ਪਿਆਰ ਕਰਦੀਆਂ ਨੇ ਤੇ ਔਰ ਉਹਨਾਂ ਦਾ ਪਿਆਰ ਵੀ ਮਾਂ ਨਹੀਂ ਦੇਖ ਸਕਦੀ ਤੇ ਉਹ ਬੱਚੇ ਨੂੰ ਝਿੜਕਣ ਹੋਰ ਬੀਬੀਆਂ ਤੇ ਮਾਂ ਇਹ ਵੀ ਨਹੀਂ ਸਹਾਰਦੀ ਇਹਨਾਂ ਦੋਨਾਂ ਗੱਲਾਂ ਚ ਮਾਂ ਦੇ ਪਿਆਰ ਵਿੱਚ ਤੇ ਦੋਦਿਆਂ ਦੇ ਪਿਆਰ ਵਿੱਚ ਬੜਾ ਫਰਕ ਹੈ ਮਾਂ ਨੂੰ ਪਤਾ ਹੈ ਇਹ ਬੱਚੇ ਨਈ ਹਮੈਤ ਕਰਕੇ ਬੱਚੇ ਨੂੰ ਗਲਤ ਰਸਤੇ ਪਾ ਦੇਣਗੀਆਂ ਇਸ ਕਰਕੇ ਉਹਨਾਂ ਦਾ ਪਿਆਰ ਵੀ ਮਾਂ ਨੂੰ ਸਵੀਕਾਰ ਨਹੀਂ ਤੇ ਉਹਨਾਂ ਦਾ ਝਿੜਕਣਾ ماں برداشت ਨਹੀਂ ਕਰਦੀ ਕਿ ਸੁਖਾਂ ਲੱਧੜਾ ਬੱਚਾ ਮੇਰਾ ਹੋਵੇ ਤੇ ਮੇਰੇ ਸਾਹਮਣੇ ਕੋਈ ਉਹਨੂੰ ਝਿੜਕੇ ਕੋਈ ਉਹਨੂੰ ਮਾਰੇ ਤੇ ਦਰਦ ماں ਨੂੰ ਹੁੰਦੀ ਆ ਦੁੱਖ ماں ਨੂੰ ਹੁੰਦਾ ਇਸ ਕਰਕੇ ਦੂਸਰੇ ਦਾ ਕਿਸੇ ਦਾ ਝਿੜਕਣਾ ਤੇ ਦੂਸਰੇ ਦਾ ਪ੍ਰੇਮ ਬੱਚਿਆਂ ਨੂੰ ਜ਼ਰੂਰ ਹੀ ਲੱਗਦਾ ਹੁੰਦਾ ਹੈ ਕਿ ਦੂਜੇ ਸਾਨੂੰ ਕਿੰਨਾ ਪ੍ਰੇਮ ਕਰਦੇ ਤੇ ਸਾਡੇ ਵਾਲੇ ਮਾਪੇ ਸਾਨੂੰ ਛਿੜਕਾਈ ਮਾਰੀ ਜਾਂਦੇ ਨੇ ਨਹੀਂ ਉਹਨਾਂ ਵਿੱਚ ਉਹਨਾਂ ਦਾ ਜੀਵਨ ਹੁੰਦਾ ਹੈ ਤੇ ਇਹਨਾਂ ਨੂੰ ਮਾਪੇ ਨੂੰ ਇਹ ਪਤਾ ਹੁੰਦਾ ਹੈ ਬਈ ਅਗਰ ਦੂਜਾ ਜਿਹੜਾ ਇਹਨਾਂ ਨੂੰ ਪਿਆਰ ਦਿਖਾ ਰਿਹਾ ਹੈ ਨਾ ਉਹ ਇੱਕ ਦਿਨ ਪਿਆਰ ਇਹਨਾਂ ਨੂੰ ਕਿਸੇ ਜੋਖੇ ਵਿੱਚ ਡਾਲ ਦੇਵੇਗਾ ਪਾ ਦੇਵੇਗਾ ਕਿਸੇ ਬਿਬਤਾ ਵਿੱਚ ਖੜੇ ਕਰ ਦੇਵੇਗਾ ਤੇ ਜਦੋਂ ਬਿਬਤਾ 'ਚ ਫਸ ਜਾਂਦੇ ਨਾ ਫਿਰ ਫਿਰ ਉਹ ਜਿਹੜੇ ਦੂਜੇ ਪ੍ਰੇਮ ਵਾਲੇ ਹੁੰਦੇ ਉਹ ਭੱਜ ਜਾਂਦੇ ਫਿਰ ਸ਼ਰਮੋ ਕੁ ਸ਼ਰਮੀ ਲੱਜੋ ਕਲੱਜੋ ਆਪਦੇ ਮਾਂ ਬਾਪ ਨੂੰ ਹੀ ਉਹਨਾਂ ਬੱਚਿਆਂ ਦੇ ਨਾਲ ਖੜਨਾ ਪੈਂਦਾ ਉਹ ਬਿਬਤਾ ਚੋਂ ਕੱਢਣਾ ਪੈਂਦਾ ਫਿਰ ਜਦੋਂ ਕਹਿੰਦੇ ਵੀ ਅਸੀਂ ਤੈਨੂੰ ਰੋਕਦੇ ਸਾਂ ਫਿਰ ਕਹਿੰਦਾ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਕਿਹੜਾ ਪਤਾ ਸੀ ਵੀ ਐ ਕਰ ਜਾਣਗੇ ਐਸੇ ਕਰਕੇ ਉਹ ਦੂਜੇ ਦਾ ਪਿਆਰ ਵੀ ਨਹੀਂ ਪਸੰਦ ਕਰਦੇ ਤੇ ਦੂਜੇ ਦੀ ਝਿੜਕ ਵੀ ਨਹੀਂ ਮਾਪੇ ਇਹ ਚਾਹੁੰਦੇ ਹੁੰਦੇ ਆ ਬਈ ਮੇਰੀਆਂ ਝੜਕਾਂ ਸਾਡੀਆਂ ਝੜਕਾਂ ਤਾਂ ਠੀਕ ਨੇ ਪਰ ਇਹ ਦਰਦਰ ਤੋਂ ਝੜਕਾਣਾ ਖਾਂਦੇ ਫਿਰਨ ਇਸ ਕਰਕੇ ਮੁਕੰਮਲ ਇਨਸਾਨ ਬਣਦਾ ਨਾ ਸਹੀ ਮਾਰਗ ਦੀ ਇਹਨਾਂ ਨੂੰ ਪਹਿਚਾਨ ਆ ਜਾਵੇ ਇਸ ਕਰਕੇ ਉਹ ਠੋਕਰਾਂ ਮਾਰ-ਮਾਰ ਕੇ ਉਹਨਾਂ ਉਹਨੂੰ ਸੋਭਾ ਵਾਲਾ ਬਣਾਉਂਦਾ ਜਿਵੇਂ ਸੁਨਾਰ ਨਾ ਸੋਨੇ ਨੂੰ ਕੁੱਟ-ਕੁੱਟ ਕੇ ਟੁਕ ਟੁਕ ਕੇ ਅਗ ਦੇ ਦੇ ਕੇ ਤੇ ਉਹਨੂੰ ਕਿਸੇ ਦੇ ਗਲ ਦਾ ਹਾਰ ਬਣਾਉਂਦਾ ਤੇ ਲੋਕ ਵੇਖ ਕੇ ਫਿਰ ਆਸ਼ਾ ਸ਼ਿਕਾਰ ਉੱਠਦੇ ਆ ਐਨਾ ਸੁੰਦਰ ਐਨਾ ਸੁੰਦਰ ਜਦੋਂ ਮਾਂ ਬਾਪ ਉਸਤਾਦ ਆਦ ਦੀਆਂ ਠੋਕਰਾ ਖਾ ਖਾ ਕੇ ਕੋਈ ਮੁਕਮਲ ਇਨਸਾਨ ਬਣਦਾ ਲੋਕ ਫਿਰ ਉਹਨੂੰ ਦੇਖ ਕੇ ਆਛਾ ਸ਼ਿਕਾਰ ਉੱਠਦੇ ਨੇ ਉਹਦੇ ਸਤਕਾਰ ਲਈ ਖੜੇ ਹੋ ਜਾਂਦੇ ਨੇ ਔਰ ਉਹਦਾ ਅਦਬ ਸਤਕਾਰ ਕਰਦੇ ਨੇ ਮਾਨ ਸਨਮਾਨ ਹੁੰਦੇ ਨੇ ਜਿੰਨਾ ਮਾਂ ਬਾਪ ਦੇ ਮਾਰਗ ਦਰਸਾਏ ਤੇ ਚੱਲਣਾ ਕੀਤਾ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਜਨਨੀ ਕੋ ਪਿਆਰ ਔ ਤੇ ਘਾਰ ਉਪਕਾਰ ਹਿੱਤ ਕਹਿੰਦੇ ਮਾਂ ਦਾ ਪਿਆਰ ਔਰ ਤੇ ਮਾਤਾ ਪਿਤਾ ਦੀਆਂ ਝੜਕਾਂ ਕੈਂਦੇ ਬੱਚੇ ਦੇ ਚੜਦੀ ਕਲਾ ਲਿਆ ਬੱਚੇ ਤੇ ਉਪਕਾਰ ਵਾਸਤੇ ਉਹਦੇ ਪਿਆਰ ਵਾਸਤੇ ਨੂੰ ਉਭਾਰਨ ਵਾਸਤੇ ਹੁੰਦੀਆਂ ਨੇ ਪ੍ਰੇਮ ਨਾਲ ਗੱਲ ਇਸ ਲਈ ਲਾਉਂਦੇ ਨੇ ਕਿ ਮੇਰਾ ਹੈ ਤੇ ਬੜਾ ਚੰਗਾ ਅੱਗੇ ਨੂੰ ਵਧੇ ਤੇ ਛਿੜਕ ਦੇ ਇਸ ਲਈ ਆ ਕਿ ਅੱਜ ਸਾਡੇ ਇਸ ਮਾੜੇ ਪਾਸਿਓਂ ਛਿੜ ਗਿਆ ਇਸ ਰਸਤੇ ਤੋਂ ਰੁਕ ਜਾਵੇਗਾ ਫਿਰ ਦਰਦਰ ਦੀਆਂ ਠੋਕਰਾਂ ਨਹੀਂ ਖਾਵੇਗਾ ਔਰ ਸਨਮਾਨਤ ਬਣ ਜਾਵੇਗਾ ਆਨਕੂਤੇ ਘਾਰ ਪਿਆਰ ਹੈ ਬੇਕਾਰ ਪ੍ਰਾਨ ਕੋ ਕਹਿੰਦੇ ਆਨ ਹੋਰ ਦਾ ਪਿਆਰ ਜਿਹੜਾ ਉਹ ਲਨਤ ਜੋਗ ਥਾਂ ਥਾਂ ਤੇ ਲਨਤਾ ਪਵਾਉਂਦਾ ਤੇ ਹੋਰ ਦਾ ਜਿਹੜਾ ਸਨੇਹ ਆ ਤੇ ਤਰਕਾਰਾਂ ਨੇ ਕਹਿੰਦੇ ਕਦੇ ਨੂੰ ਪ੍ਰਾਣਾ ਦਾ ਨਾਸ਼ ਕਰ ਦਿੰਦੀਆਂ ਨੇ ਤੋੜ ਕੇ ਔਰ ਦੂਸਰੇ ਪਾਸੇ ਲਦਾਕੇ ਭਾਈ ਸਾਹਿਬ ਕਹਿੰਦੇ ਜੈਸੇ ਜਲ ਅਗਨ ਮੈ ਪਰ ਬੂਡ ਮਰੇ ਜਰੈ ਕਹਿੰਦੇ ਹੁਣ ਕੋਈ ਅਗਨੀ ਚ ਹੱਥ ਪਾਵੇ ਤੇ ਸੜੇਗਾ ਤੇ ਪਾਣੀ ਨੂੰ ਸ਼ੀਤਲ ਜਾਣ ਕੇ ਅਨਤਾਰੂ ਆਦਮੀ ਉਹਦੇ ਸ਼ਲਾਂਗ ਲਗਾ ਦੇਵੇ ਤੇ ਤਾਂ ਵੀ ਡੁੱਬ ਕੇ ਮਰ ਜਾਵੇਗਾ ਕਹਿੰਦੇ ਉਹ ਪਾਣੀ ਠੰਡਾ ਔਰ ਉਹਦਾ ਢੰਗ ਨਹੀਂ ਹੈ ਤੇ ਬੇ ਟੰਗਾ ਹੋਇਆ ਉਹਦੇ ਚ ਡੁੱਬ ਮਰਦਾ ਅੱਗ ਚ ਸੜ ਮਰਦਾ ਕਹਿੰਦੇ ਤੈਸੇ ਕਿਰਪਾ ਕ੍ਰੂਪ ਆਨ ਬਨ ਤਾ ਅਗਿਆਨ ਕੋ ਆਨ ਦੂਜਿਆਂ ਦਾ ਜਿਹੜਾ ਪ੍ਰੇਮ ਏ ਨੌਜਵਾਨਾਂ ਨੂੰ ਬੱਚਿਆਂ ਨੂੰ ਦੂਜੇ ਮਾਂ ਬਾਪ ਬੜੇ ਚੰਗੇ ਲੱਗਦੇ ਤੇ ਆਪਣੇ ਵਾਲੇ ਨੂੰ ਪਤਾ ਨਹੀਂ ਕੀ ਕੀ ਬੋਲਦੇ ਨੇ ਮੇਰੇ ਵਾਲੇ ਤਾਂ ਮੇਰੀ ਕਦਰ ਹੀ ਨਹੀਂ ਜਾਣਦੇ ਦੁੱਧਿਆ ਨੇ ਨੋ ਆਪਣੀ ਕਿੜ ਕੱਢਣੀ ਹੁੰਦੀ ਬਈ ਇਹਨਾਂ ਨੂੰ ਹਣ ਪਾ ਦਿਓ ਕਰਸਤੇ ਤੇ ਪਤਾ ਲੱਗਦੇ ਮਾਂ ਬਾਪ ਇਹ ਭੱਲੀ ਭਾਂਤ ਜਾਣਦੇ ਹੁੰਦੇ ਇਸ ਕਰਕੇ ਕਹਿੰਦੇ ਉਹਨਾਂ ਦਾ ਜਿਹੜਾ ਨਾ ਪ੍ਰੇਮ ਉਹਨਾਂ ਦਾ ਕਿਰਪਾ ਕਰਨੀ ਦਇਆ ਕਰਨੀ ਪ੍ਰੇਮ ਕਰਨਾ ਉਹ ਜਾਲ 'ਚ ਫਸਾਉਣਾ ਫਿਰ ਕ੍ਰੋਪ ਕ੍ਰੋਧ ਦਾ ਧੋਕੇ ਉਹਦਾ ਵਿਨਾਸ਼ ਕਰ ਦੇਣਾ ਉਹਦੇ ਜੀਵਨ ਦਾ ਜੀਵਨ ਉਹਦਾ ਬਰਬਾਦ ਕਰ ਦੇਣਾ ਕਹਿੰਦੇ ਉਹ ਜਿਹੜਾ ਜੀਵੇ ਉਹ ਅਗਿਆਨ ਕੋ ਉਹ ਅਗਿਆਨ ਇਹ ਆ ਕਿ ਆਪਣੇ ਮਾਂ ਬਾਪ ਦੀ ਗੱਲ ਨਾ ਸੁਣੀ ਹੋਰ ਨਾ ਪਾਸੀ ਸਿੱਖਿਆ ਮੰਗਰ ਟੁਰਿਆ ਤੇ ਇੱਕ ਦਿਨ ਪਤਾ ਨਹੀਂ ਕਿਹੜੀ ਬਿਬਤਾ ਦੇ ਵਿੱਚ ਜਾ ਫਸਿਆ ਸੋ ਕਿਹੜੇ ਪਾਸੇ ਜਾ ਡ ਗਿਆ ਪਾਈ ਸਭ ਕਹਿੰਦੇ ਇਸੇ ਤਰ੍ਹਾਂ ਜਿਵੇਂ ਦੂਜੇ ਦੇ ਪ੍ਰੇਮ ਵਿੱਚ ਤੇ ਕ੍ਰੋਧ ਦਾ ਸ਼ਿਕਾਰ ਹੋਇਆ ਬੱਚਾ ਨਹੀਂ ਬਚ ਸਕਦਾ ਜਿਹੜਾ ਆਪਣੇ ਮਾਂ ਬਾਪ ਦੀ ਸਿੱਖਿਆ ਨੂੰ ਨਹੀਂ ਮੰਨਦਾ ਨਹੀਂ ਤੁਰਦਾ ਉਹ ਗਲਤ ਜਗਾਵਾ ਤੇ ਜਾਵੇਗਾ ਗਲਤ ਚੀਜ਼ਾਂ ਖਾਵੇ ਪੀਵੇਗਾ ਇੱਕ ਦਿਨ ਇਹੋ ਜੇ ਚੱਕਰ ਵਿੱਚ ਫਸ ਜਾਵੇਗਾ ਉਹਨੂੰ ਉਹਦੇ ਚੋਂ ਨਿਕਲਣਾ ਔਖਾ ਹੋ ਜਾਵੇਗਾ ਬੜੇ ਬੜੇ ਕਿੰਨੇ ਨੇ ਸੰਸਾਰ ਤੁਸੀਂ ਵੀ ਪੜਦੇ ਸੁਣਦੇ ਹੋ ਮੈਂ ਵੀ ਪੜਦਾ ਸੁਣਦਾ ਆ ਕਿੰਨਿਆਂ ਦਾ ਔਰ ਜਿਹੜਿਆ ਜੀਵਨ ਦੀ ਸ਼ੈਲੀ ਹੋਰ ਪਾਸੇ ਨੂੰ ਚਲੀ ਗਈ ਨਸ਼ਿਆਂ ਦੇ ਚਲੇ ਗਏ ਸ਼ਰਾਬਾਂ ਕਬਾਬਾਂ ਚ ਗੁਲਤਾਨ ਹੋ ਗਏ ਵਿਸ਼ਈ ਬਣ ਗਏ ਕੈਦਖਾਨਿਆਂ ਜੇਲਾਂ ਚ ਡੱਕੇ ਪਏ ਨੇ ਕਿੰਨੇ ਜਿਹੜਿਆ ਮਾੜੇ ਪਾਸੇ ਜਾ ਕੇ ਜਿਹੜੇ ਕਹਿੰਦੇ ਸਨ ਮੇਰੇ ਬੜੇ ਦੋਸਤ ਮਿੱਤਰ ਉਹਨਾਂ ਲਾਤਾ ਨਸ਼ੇ ਤੇ ਕਿੰਨਿਆਂ ਦੇ ਜਨਾਜ਼ੇ ਉੱਠ ਗਏ ਇਹ ਸੁਣੀ ਨਹੀਂ ਨਾ ਮਾਂ-ਬਾਪ ਦੀ ਤੈਨੂੰ ਕੀ ਪਤਾ ਮੇਰਾ ਦੋਸਤ ਗੱਡਾ ਕਿ ਚੰਗਾ ਉਹ ਮੈਨੂੰ ਕਿੰਨਾ ਪਿਆਰ ਕਰਦਾ ਉਹਨੇ ਐਸਾ ਕੀਤਾ ਵੀ ਸੰਸਾਰ ਤੋਂ ਹੀ ਤੋੜ ਕੇ ਧਰ ਦਿੱਤਾ ਉਹ ਸੁਣੀ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਂ ਗਿਆਨ ਚੋਂ ਬਾਹਰ ਨਿਕਲੋ ਤੇਰਾ ਮਾਂ-ਬਾਪ ਤੇਰੇ ਲਈ ਕੱਲ ਨਾ ਕੱਲੀ ਜੀਵਨ ਦਾ ਤੇ ਲਾਇਆ ਉਹਨਾਂ ਦਾ ਆਪਣਾ ਪਰਜੋਜਨ ਕੋਈ ਨਹੀਂ ਸਭ ਕੁਝ ਤੇਰੇ ਲਈ ਉਹ ਤੇਰੇ ਲਈ ਤੈਨੂੰ ਤਾੜਦੇ ਨੇ ਭਈ ਤਾੜ ਕੇ ਇਹਨੂੰ ਪਤਾ ਲੱਗ ਜਾਏ ਵਿਚਰਣਾ ਕਿਵੇਂ ਆ ਸੰਸਾਰ ਵਿੱਚ ਉਹਨਾਂ ਨੇ ਸਭ ਕੁਝ ਸੰਸਾਰ ਵਿੱਚ ਦੇਖਿਆ ਭਾਈ ਸਾਹਿਬ ਕਹਿੰਦੇ ਦੂਜੇ ਦਾ ਜਿਹੜਾ ਪ੍ਰੇਮ ਉਹ ਜੰਜਾਲ ਵਿੱਚ ਤੈਨੂੰ ਫਸਾ ਕੇ ਇਹੋ ਜੀ ਥਾਂ ਤੁਕੇਲ ਦੇਵੇਗਾ ਮੁੜ ਕੇ ਤੇਰੇ ਮਗਰ ਕੋਈ ਤੁਰਨ ਵਾਲਾ ਨਹੀਂ ਰਹੇਗਾ ਭਾਈ ਸਾਹਿਬ ਕਹਿੰਦੇ ਤੈਸੇ ਗੁਰ ਸਿੱਖਣ ਕੋ ਜੁਗਵਤ ਜਤਨਿਕ ਕਹਿੰਦੇ ਇਸੇ ਤਰ੍ਹਾਂ ਗੁਰੂ ਕੀ ਸਿੱਖ ਸੇਵਕ ਜਿਹੜੇ ਉਹਨਾਂ ਦਾ ਜੁਗਵਤ ਜੁੜਨਾ ਜੁੜਨ ਵਾਸਤੇ ਔਰ ਜਤਨੇ ਜਿਹੜਾ ਉਹਨਾਂ ਦਾ ਜੁੜਨ ਦਾ ਪਰਮਾਤਮਾ ਵਾਲੇ ਮਾਰਗ ਤੇ ਤੁਰਨ ਦਾ ਭਾਈ ਸਾਹਿਬ ਕਹਿੰਦੇ ਨੇ ਦੁਬ ਦਾ ਨਾ ਵਿਆਪੇ ਪ੍ਰੇਮ ਪਰਮਨਿ ਧਾਨ ਕੇ ਜਿੰਨਾ ਚਿਰੋ ਪਰਮਾਤਮਾ